सज़ा पूरी कर चुके बंदी सिखां दी रिहाई दे लई दमदमी टकसाल अजनाला वालों 10 जनवरी नूं पंजाब बंद का सद्दा दिता गया। इस बंद दौरान दमदमी टकसाल नाल पंजाब दे वख-वख सिख संगठनां तों इलावा सत्कार कमेटियां भी शामिल होणगियां। इस संबंधी आयोजित प्रैस कॉन्फ्रेंस के दौरान दमदमी टकसाल अजनाला के मुखी भाई अमरीक सिंह ने दसिया कि पंजाब अते केंद्र सरकार जेलों में सज़ा पूरी कर चुके सिखां दी रिहाई लई गंभीर नहीं है। सरकारां नूं दबाव बनाउण अते आम लोकां नूं इस मुद्दे प्रति जागरूक करन दे लई 10 जनवरी नूं पंजाब बंद दा सद्दा दित्ता गया है। उन्हां पंजाब हरियाणा अते राजस्थान दे सिखां अते होरनां नूं अपील कीती है कि उह 10 जनवरी नूं अपने कारोबार बंद रखण। उन्हां कहा कि इस बंद दौरान किसी भी कारकुन नूं दुकानां दा नुकसान नहीं करन दित्ता जाएगा अते इस बंद दौरान सड़की आवाजाई नूं ही बंद किया जाएगा। ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਵਿੱਚ ਕੋਰਟ ਵੱਲੋਂ ਦਿੱਤੀ ਹੋਈ ਸਜ਼ਾ ਜਿਹੜੀ ਭੁਗਤ ਚੁੱਕੇ ਸਿੰਘ ਆ ਉਹਨਾਂ ਦੀ ਰਿਹਾਈ ਦੇ ਸੰਬੰਧ ਵਿੱਚ ਪੰਜਾਬ ਭਰ ਦੀਆਂ ਸੰਗਤਾਂ ਅਤੇ ਜਿੱਥੇ ਜਿੱਥੇ ਸਿੱਖ ਸੰਗਤਾਂ ਵੱਸਦੀਆਂ ਨੇ 10 ਤਰੀਕ ਨੂੰ ਸ਼ਾਂਤਮਈ ਢੰਗ ਦੇ ਨਾਲ ਆਪੋ ਆਪਣੇ ਕਾਰੋਬਾਰ ਬੰਦ ਕਰਕੇ ਬੋੜੀ ਸਰਕਾਰ ਦੇ ਕੰਨਾਂ ਵਿੱਚ ਆਵਾਜ਼ ਪਹੁੰਚਾਉਣ ਦੇ ਸੰਬੰਧ ਵਿੱਚ ਜਥੇਬੰਦੀਆਂ ਦਾ ਸਾਰੀਆਂ ਸੰਗਤਾਂ ਨੇ ਸਹਿਯੋਗ ਦੇਣਾ। ਨਾਲ ਹੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਸ ਰੋਸ ਪ੍ਰਦਰਸ਼ਨ ਨੂੰ ਸ਼ਾਂਤਮਈ ਢੰਗ ਦੇ ਨਾਲ ਕਰਨਾ, ਜਿਸ ਤਰ੍ਹਾਂ ਕਿ ਅੰਮ੍ਰਿਤਸਰ ਇਲਾਕਾ, ਤਰਨ ਤਾਰਨ ਸਾਹਿਬ ਦਾ ਇਲਾਕਾ ਜਾਂ ਹੋਰ ਵੱਡੇ ਵੱਡੇ ਸ਼ਹਿਰ ਆ, ਉੱਥੋਂ ਦੇ ਇਲਾਕੇ ਦੀਆਂ ਸੰਗਤਾਂ ਨੂੰ ਨਿਮਰਤਾ ਸਾਥ ਬੇਨਤੀ ਹੈ ਕਿ ਆਪੋ ਆਪਣੀ ਜ਼ਿੰਮੇਵਾਰੀ ਸਮਝ ਕਰਕੇ ਸ਼ਾਂਤਮਈ ਢੰਗ ਦੇ ਨਾਲ 10 ਤਰੀਕ ਵਾਲੇ ਦਿਨ ਆਪੋ ਆਪਣੇ ਕਾਰੋਬਾਰ ਬੰਦ ਕਰਨੇ ਜਾਂ ਸ਼ਾਂਤਮਈ ਢੰਗ ਦੇ ਨਾਲ ਕਰਵਾਉਣ ਦੀ ਕਿਰਪਾਲਤਾ ਕਰਨੀ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।